ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ 11 ਸਪਤੰਬਰ ਨੂੰ ਫਾਸਟ ਟਰੈਕ ਕੋਰਟ ਜਿਹੜਾ ਹੁਣ ਰੋਜ਼ਾਨਾ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਆਪਣੇ ਜਿਹੜੇ ਦਲੀਲਾਂ ਨੇ ਕੋਰਟ ਦੇ ਵਿੱਚ ਵੇਖਣ ਨੂੰ ਮਿਲ ਸਕਦੀਆਂ ਹਨ। HS ਫੁਲਕਾ ਸਵਾਗਤ ਕਰ ਰਹੇ ਨੇ ਇਸ ਫੈਸਲੇ ਦਾ, ਲੇਕਿਨ ਉਹ ਇਹ ਵੀ ਕਹਿ ਰਹੇ ਨੇ ਕਿ ਰੋਜ਼ਾਨਾ ਜਿਹੜੇ ਦਲੀਲਾਂ ਸੁਣੀਆਂ ਜਾਣਗੀਆਂ ਜੋ ਹੋਣਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕੀ ਹੁੰਦਾ ਇਸ ਦੀ ਉਡੀਕ ਹੈਗੀ ਆ ਪੂਰੀ ਸਮੁੱਚੀ ਸਿੱਖ ਜਗਤ ਨੂੰ ਇਸ ਟਾਈਮ। ਔਰ ਉਹ ਆਸ ਕਰ ਰਹੇ ਨੇ ਕਿ ਹੁਣ ਜਿਹੜਾ ਸਪਟੈਂਬਰ ਦੇ ਵਿੱਚ ਫਾਸਟ ਟਰੈਕ ਕੋਰਟ ਦਾ ਗਠਨ ਕੀਤਾ ਗਿਆ ਇਹ ਕਿਸ ਦਿਸ਼ਾ ਵੱਲ ਲੈ ਕੇ ਜਾਏਗੀ ਇਸ ਫੈਸਲੇ ਨੂੰ ਔਰ ਇਸ ਮੁੱਦੇ ਨੂੰ। ਮੇਰੇ ਨਾਲ ਲਗਾਤਾਰ ਕਾਲਰਸ ਜੁੜ ਰਹੇ ਨੇ, ਉਹਨਾਂ ਦੇ ਵਿਚਾਰ ਇਸ ਮਤਲਬ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਬੋਲ ਰਿਹਾ ਆਪਣੇ ਯੂਕੇ ਤੋਂ। ਜੀ ਜੀ ਜੀ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣਾ ਜਿਹੜਾ ਅੱਜ ਦਾ ਤੁਸੀਂ ਮੁੱਦਾ ਲੈ ਕੇ ਆਏ ਆ ਜੀ, ਤੇ ਇਹ ਇੱਕ ਤਰ੍ਹਾਂ ਇਦਾਂ ਵੀ ਕਹਿੰਦੇ ਹੁੰਦੇ ਆ ਚਲੋ ਬੈਟਰ ਲੇਟ ਦੈਨ ਨੈਵਰ, ਹਨਾ ਜੀ ਜੀ। ਤੇ ਇਹਨਾਂ ਨੇ ਕਰਨੀ ਸੀ ਪਹਿਲਾਂ ਵੀ ਕਰ ਸਕਦੇ ਸੀ, ਹੁਣ ਅੱਜ ਤੁਸੀਂ ਸੁਖਬੀਰ ਬਾਦ ਵੀ ਦੇਖਿਆ ਹੋਣਾ ਇੱਥੇ ਕਹਿੰਦਾ ਜੀ, ਉਹ ਫੁਲਕਾ ਨੇ ਵੀ ਕਿਹਾ ਉਹਦੀ ਜਿਹੜੀ ਸਟੇਟਮੈਂਟ ਠੀਕ ਆ, ਉਹ ਕਹਿੰਦਾ ਵੀ ਇਹਨਾਂ ਨੂੰ 6 ਮਹੀਨੇ ਅੰਦਰ ਭੁਗਤਾ ਦੂ ਜੀ। ਇਹ ਤਾਂ ਹੋਇਆ ਕਰਕੇ ਜਿਹੜੀ ਆਪਣੀ 2020 ਦੀ ਰੈਫਰੈਂਡਮ ਹੋ ਕੇ ਅਡੀ ਆ ਜੀ, ਹਨਾ। ਤੇ ਮੈਂ ਤਾਂ ਇਹ ਕਹੂੰਗਾ ਵੀ ਅੱਗੇ ਤਾਂ ਕਹਿੰਦੇ ਸੀ ਨਹਿਰੂ ਹੁਣੀ ਚਲਾਕ ਸੀਗੇ, ਉਹਨਾਂ ਨੇ ਕਹਿ ਕੇ ਮੁੱਕਰ ਗਏ ਆ ਜੀ। ਹੁਣ ਜਿਹੜੀ ਵਿਸਾਖੀ ਜਿਹੜੀ ਸਿੱਖ ਨੂੰ ਇਹ ਕਹੂੰਗਾ ਵੀ ਜਿਹੜੀ ਇਹਨਾਂ ਦਾ 2020 ਸਾਰੇ ਹਿੱਸਾ ਲੈਣ, 13 ਹਾਂ ਕਰਾ ਦੋ, ਮੁੜ ਕੇ ਵਿਸਾਖੀ ਪਵਾਉਣ ਆ ਲਓ ਜੇ ਠੀਕ ਰਹਿੰਦੇ ਆ, ਹਨਾ। ਪਰ ਨਾ ਇਹ ਹੁਣ ਤੁਸੀਂ ਨਾ ਇਹਨਾਂ ਦੇ ਭੰਬਲ ਭੂਸਿਆਂ ਚ ਨਾ ਪੈ ਜਾਓ। ਆ ਸੁਸ਼ਮਾ ਸਵਰਾਜ ਵੀ ਕਹਿ ਕੇ ਅਡੀ ਆ, ਜਿਹੜਾ ਗੁਰਪੁਰਬ ਆਉਣਾ ਉਹ ਵੀ ਅਸੀਂ ਇੱਦਾਂ ਮਨਾਵਾਂਗੇ, ਇੱਦਾਂ ਕਰਾਂਗੇ। ਇਹ ਸਿਰਫ ਆਪਾਂ ਨੂੰ ਭੰਬਲ ਭੂਸਿਆਂ ਚ ਕੌਣ ਨੂੰ ਫਿਰਦੇ ਆ, ਪਲੀਜ਼ ਪਲੀਜ਼ ਮੇਰੇ ਹੱਥ ਬੰਨ ਕੇ ਬੇਨਤੀ, ਜੇ ਇਹਨਾਂ ਨੇ ਕਰਨਾ ਸੀਗਾ ਤਾਂ ਜਿਹੜੇ ਹੁਣ ਆਪਣੇ ਇੰਨੇ ਫੜੇ ਪਿਆ ਪ੍ਰਿਜ਼ਨਰ ਇੰਡੀਆ ਦੇ ਵਿੱਚ, ਜਿਹੜੇ ਕਹਿੰਦੇ ਪ੍ਰਿਜ਼ਨਰ ਆਪਾਂ ਤਾਂ ਕਹਿੰਦੇ ਵੀ ਆਪਣੇ ਸੂਰਵੀਰ ਯੋਧੇ ਆ, ਉਹਨਾਂ ਨੂੰ ਛੱਡਣਗਾ ਗੁਰੂ ਦੀ ਬੇਅਦਬੀ ਹੋਈ ਆ, ਉਹ ਸਾਰਾ ਪਤਾ ਕਿਹਨੇ ਕੀਤੀ ਆ? ਬਾਬੂ ਨੂੰ ਫੜਕੇ ਰੋਹਨ ਖਾਨ ਜੀ ਨੇ ਕਰਾਈ ਆ, ਸਾਰਿਆਂ ਨੇ ਪਤਾ ਜਿਹਦੇ ਚੱਲ ਜਾਂਦੀ ਆ। ਕੈਪਟਨ ਕਿਉਂ ਮੁਕਰ ਰਣਜੀਤ ਦੀ ਆਪਣੀ ਜਿਹੜੀ ਹੈਗੀ ਆ ਰਿਪੋਰਟ ਤੋਂ ਜੀ ਜੀ, ਕਮਿਸ਼ਨਾਂ ਦੇ ਵਿੱਚ ਉਲਝਾ ਕੇ ਕਿਉਂ ਰੱਖਿਆ ਹੋਇਆ? ਬਿਲਕੁਲ, ਵਾਕਈ ਜਾਇਜ਼ ਸਵਾਲ ਹੈ ਬਣਦਾ ਕਿ ਕਮਿਸ਼ਨਾਂ ਦੇ ਵਿੱਚ ਉਲਝਾ ਕੇ ਕਿਉਂ ਰੱਖਿਆ ਗਿਆ, ਔਰ ਜਿਹੜੀਆਂ ਕਮਿਸ਼ਨਾਂ ਨੇ ਉਹਨਾਂ ਦੀ ਰਿਪੋਰਟਸ ਨੇ ਉਹਨਾਂ ਨੂੰ ਕਿਉਂ ਨਹੀਂ ਜਨਤਕ ਕੀਤਾ ਜਾਂਦਾ? ਜੀ ਕਿਉਂ ਨਹੀਂ ਕਰਿਆ? ਉਦੋਂ ਪੁਰਾਣੇ ਟਾਈਮ ਦੇ ਵਿੱਚ ਵੀ, ਪੁਰਾਣੇ ਟਾਈਮ ਦੇ ਵਿੱਚ ਵੀਰ ਜੀ ਆਪਣੇ ਸਿੱਖਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਵੀਕਾ ਰੇਂਜ ਦੇ ਵਿੱਚ ਮੁੜ ਕੇ ਮੱਸੇ ਰੰਗ ਦਾ ਸਿਰ ਵੱਢਿਆ ਸੀ, ਉਹਨਾਂ ਨੂੰ ਇਹੀ ਦੁੱਖਦਾ ਵੀ ਸਿੱਖ ਬਾਹਰ ਕਾਹਤੋਂ ਬੈਠੇ ਆ। ਜੀ ਜੀ ਜੀ, ਮੈਂ ਤਾਂ ਇੱਥੋਂ ਤੱਕ ਵੀ ਕਹਿ ਦੂੰਗਾ ਵੀ ਜਿਹੜੇ ਆਪਣੇ ਮੂਲ ਵੀ ਕਈ ਬਣੇ ਬੈਠੇ ਆ ਨਾ, ਇਹਨਾਂ ਦਾ ਸਾਜੇ ਤਾਂ ਨਹੀਂ, ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ 13 ਹੁਣ ਮੌਕਾ ਇਹ ਜਿਹੜੀ 2020 ਦੇ 13 ਹਾਂ ਕਰ ਦਿਓ ਮੁੜ ਕੇ, ਜੇ ਇਹਨਾਂ ਦਾ ਕਿਵੇਂ ਮਰਜ਼ੀ ਕਰ ਲਓ, ਪਰ 13 ਇਹਨਾਂ ਦਾ 13 ਕਹਿ ਦੋ ਵੀ ਅਸੀਂ ਲੈਣਾ ਸਾਡਾ ਅੱਡ, ਜਿਹੜਾ ਹੱਕ ਸਾਨੂੰ ਡਿਨਾਈ ਕੀਤਾ ਗਿਆ। ਚਲੋ ਜੀ, ਮਿਹਰਬਾਨੀ ਜੇ ਆਪਾਂ ਹੁਣ ਅੰਬ ਗਏ ਤਾਂ ਫਿਰ ਗਏ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕੀਰਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਹਰਕੀਰਤ ਬੋਲ ਰਹੇ ਹਾਂ ਜੀ। ਜੀ ਹਾਂਜੀ ਜੀ, ਹਾਂਜੀ ਹਾਂਜੀ ਭਾਅ ਜੀ, ਤੁਹਾਡੀ ਆਵਾਜ਼ ਸੁਣ ਕੇ ਬਹੁਤ ਮਜ਼ਾ ਆ ਗਿਆ, ਤੁਸੀਂ ਬਸ ਬਣਾ ਮੁੱਦਾ ਰੱਖਿਆ ਜੀ। ਭਾਅ ਜੀ, ਤੁਹਾਡੇ ਟੀਵੀ ਸੈੱਟ ਦੀ ਮੈਂ ਚਾਹਾਂਗਾ ਵੋਲਿਊਮ ਘੱਟ ਕਰ ਲਓ ਤਾਂ ਕਿ ਤੁਹਾਡੀ ਆਵਾਜ਼ ਜੀ। ਕਰ ਲਿਆ ਜੀ ਜੀ। ਦੇਖੋ ਤੁਸੀਂ 1984 ਦੀ ਜੈਨੋਸਾਈਡ ਦੀ ਗੱਲ ਕਰਦੇ ਆ ਐਵਰੀ ਟਾਈਮ ਜੀ ਜੀ, ਉਹਦੇ ਪਿੱਛੇ ਤੁਸੀਂ ਬੈਕਗ੍ਰਾਉਂਡ ਦੇਖੋ, ਬੈਕਗ੍ਰਾਉਂਡ ਕੀ ਸੀਗੀ ਜੀ ਜੀ। 1982-82 ਚ ਮੈਂ ਉੱਥੇ ਸੀਗਾ ਜੀ, ਮੈਂ ਮੁੰਨਾ ਬੰਦਾ ਰਾਈਟ ਜੀ ਜੀ। ਸਿੱਖਾਂ ਨੇ ਜਿਹੜੇ ਅੱਤਵਾਦੀ ਸੀ ਨਾ, ਜਿਹੜੇ ਆਪਣੇ ਨੂੰ ਕਹਿੰਦੇ ਸੀਗੇ ਸੀ ਕਾਲੇ ਕੱਛੇ ਵਾਲੇ ਨੂੰ ਕਹਿੰਦੇ ਸੀਗੇ, ਸਾਰੀ ਦੁਨੀਆ ਸੁਣਦੀ ਹੋਊਗੀ ਮੈਨੂੰ, ਕਾਲੇ ਕੱਛੇ ਵਾਲੇ ਆ ਕੇ ਹਿੰਦੂਆਂ ਨੂੰ ਮਾਰਦੇ ਸੀ, ਬੱਸਾਂ ਚੋਂ ਕੱਢ ਕੱਢ ਕੇ ਮਾਰਿਆ ਉਹਨਾਂ ਨੇ, ਇਹ ਸੁਣਨ ਵਾਲੀ ਗੱਲ ਆ। ਹਾਂਜੀ, ਬੱਸਾਂ ਚੋਂ ਕੱਢ ਕੱਢ ਕੇ ਮਾਰਿਆ ਉਹਨਾਂ, ਸਿੱਖ ਅਲੱਗ ਕਰ ਦਿੰਦੇ ਸੀਗੇ, ਹਿੰਦੂਆਂ ਨੂੰ ਅਲੱਗ ਕਰ ਦਿੱਤਾ। ਮੈਂ ਵੀ ਟ੍ਰੈਪ ਹੋ ਗਿਆ ਸੀਗਾ, ਕਹਿੰਦੀ ਮੈਨੂੰ ਸਿਰਫ ਮੇਰੀ ਭਰਜਾਈ ਨੇ ਮੈਨੂੰ ਬਚਾਇਆ, ਉਹ ਮੈਨੂੰ ਕਹਿੰਦੀ ਜਸਵੀਰ, ਮੇਰਾ ਨਾਂ ਜਸਵੀਰ ਆ, ਮੈਨੂੰ ਕਹਿੰਦੀ ਜਸਵੀਰ ਆ ਤੇਰੀ ਪੀਲੀ ਪਾ ਗਿਆ ਬੱਲ ਲਾ, ਇਹ ਤਾਂ ਤੈਨੂੰ ਹਿੰਦੂ ਸਿੱਖਾਂ ਨੇ ਤੈਨੂੰ ਮਾਰ ਦੇਣਾ ਜੀ। ਹਾਂਜੀ, ਦੇਖੋ ਅਸੀਂ ਜਿਹੜੇ ਤੁਸੀਂ ਕਹਿੰਦੇ ਜੈਨੋਸਾਈਡ ਹੁੰਦਾ ਹੈ, ਉਹਨਾਂ ਨੇ ਮਾਰੇ, ਉਹਨਾਂ ਨੇ ਇੰਦਰਾ ਗਾਂਧੀ ਮਾਤੀ ਹਿੰਦ ਆਪਣੇ ਇੰਦਰਾ ਗਾਂਧੀ ਮਾਤੀ ਸਿੱਖਾਂ ਨੇ, ਤੇ ਸਿੱਖਾਂ ਨੇ ਗਾਂ ਹਿੰਦੂ ਮਾਰਨੇ ਸ਼ੁਰੂ ਕਰ ਦਿੱਤੇ, ਹਿੰਦੂਆਂ ਨੇ ਸਿੱਖ ਮਾਰ ਦਿੱਤੇ। ਦੇਖੋ ਹੁਣ ਸੱਜਣ ਟ੍ਰਾਇਲ, ਸਾਨੂੰ ਕੀ ਪਤਾ ਕੌਣ ਹੈਗਾ ਕੌਣ ਨਹੀਂ ਹੈਗਾ, ਇਹ ਤੁਹਾਡਾ ਜਿਹੜਾ ਫੈਸਲਾ ਨਾ ਇਹ ਕਦੀ ਵੀ ਫਿਨਿਸ਼ ਨਹੀਂ ਹੋ ਸਕਦਾ, ਜੋ ਤੁਸੀਂ ਮਰਜ਼ੀ ਕਰ ਲਓ। ਦੇਖੋ ਇਟ ਵਾਸ ਏ ਰਿਵੈਂਜ ਅਟੈਕ, ਉਹਨੂੰ ਕਹਿੰਦੇ ਰਿਵੈਂਜ ਅਟੈਕ, ਬਦਲਾ ਲੈਣਾ। ਹਾਂਜੀ,
ਪਹਿਲਾਂ ਜਿਹੜੇ ਅੱਤਵਾਦੀ ਸੀਗੇ ਉਸ ਟਾਈਮ ਤੇ 1981 1982 ਚ ਕਿੰਨੇ ਹਿੰਦੂਆਂ ਨੂੰ ਕੱਢ ਕੱਢ ਕੇ ਮਾਰਿਆ ਸਿੱਖਾਂ ਨੇ, ਇਹ ਕੌਣ ਸੀਗੇ? ਇਹ ਸਭ ਸੰਤ ਪਿੰਡਰਾਂ ਵਾਲੇ, ਸਾਰੇ ਲੋਕ ਸੰਤ ਪਿੰਡਰਾਂ ਵਾਲੇ ਦੀ ਗੱਲ ਕਰਦੇ ਆ, ਸੰਤ ਪਿੰਡਰਾਂ ਵਾਲੇ ਇੰਨੇ ਦਲੇਰ ਹੁੰਦੇ ਨਾ, ਤੇ ਦਰਬਾਰ ਸਾਹਿਬ ਜਾ ਕੇ ਉਹਨਾਂ ਲੁਕਣ ਦੀ ਲੋੜ ਨਹੀਂ ਸੀ, ਜਾ ਕੇ ਆਨੰਦਪੁਰ ਦੇ ਕਿਲੇ ਤੇ ਜਾ ਕੇ ਬਹਿੰਦੇ, ਫਿਰ ਦੇਖਦੇ ਵੀ ਫੌਜ ਨਾਲ ਕਿੱਦਾਂ ਅਟੈਕ ਕਰਨਾ, ਹਾਂਜੀ ਕੁੱਥੇ ਬੈਠੇ ਬੈਠਾਂ ਨੇ ਬੈਂਕਾਂ ਲੁੱਟ ਲਈਆਂ ਇਹਨਾਂ ਨੇ, ਬੰਦਿਆਂ ਨੂੰ ਕੱਢ ਕੱਢ ਕੇ, ਹਿੰਦੂਆਂ ਨੂੰ ਕੱਢ ਕੱਢ ਕੇ ਮਾਰਿਆ, ਸਾਡੇ ਮੇਰੇ ਦੋ ਯਾਰ ਦੋਸਤ ਮਾਰੇ ਗਏ, ਹਾਂਜੀ ਤੁਸੀਂ ਵੀ ਦੇਖੋ ਨਾ, ਬਾਕੀ ਤੁਸੀਂ ਹਿੰਦੂਆਂ ਦੀ ਕੋਈ ਗੱਲ ਨਹੀਂ ਕਰਦਾ, ਤੁਸੀਂ ਕਹਿੰਦੇ ਦੇਖੋ ਇਟ ਵਾਸ ਅ ਰਿਵੈਂਜ ਅਟੈਕ, ਇੱਕ ਦੂਜੇ ਨੂੰ ਮਾਰਨਾ, ਹਾਲੇ ਵੀ ਹੁਣ ਜਿਹੜਾ 200 ਆ ਚੱਲ ਰਿਹਾ ਨਾ ਰੈਫਰੈਂਡਮ, ਆ ਜਿਹੜੇ ਪੁੰਨੂ ਪੁੰਨੂ ਹੈਗਾ ਜਿਹੜੇ, ਇਹਨਾਂ ਨੇ ਸਾਡੇ ਹਿੰਦੁਸਤਾਨ 'ਚ ਬਹੁਤ ਗੜਬੜ ਕਰਨੀ ਇਹਨਾਂ ਨੇ, ਹਾਲੇ ਵੀ ਬਿਲਕੁਲ ਉਹ ਸਹੀ ਕਹਿ ਰਹੇ ਆ, ਇਹ ਬਿਲਕੁਲ ਬੈਨ ਹੋਣਾ ਚਾਹੀਦਾ, ਬੰਦਾ ਉੱਥੇ ਨਹੀਂ ਜਾਣਾ ਚਾਹੀਦਾ ਬੰਦਾ। ਦੇਖੋ ਕਿੰਨੇ ਸਾਡੇ ਸਿੱਖ ਮਰੇ ਆ, ਫਸਟ ਵਰਲਡ ਵਾਰ ਸਾਡੇ ਸਿੱਖ ਮਰੇ ਆ, 1984 ਸਾਡੇ ਸਿੱਖ ਮਰੇ ਆ, ਸਾਰੇ ਪਾਸੇ ਸਾਡੇ ਸਿੱਖ ਅਸੀਂ ਮਰੀ ਜਾਂਦੇ ਹਾਂ, ਹਾਂਜੀ ਮਰੇ ਆ, ਵੀ ਹੁਣ ਗਾਹਾਂ ਅਸੀਂ ਹੋਰ ਕਿੰਨੇ ਸਿੱਖ ਮਾਰਨੇ ਆ ਜੀ। ਦੇਖੋ ਇੱਥੇ ਗੁਰਦੁਆਰੇ ਗੁਰਦੁਆਰੇ ਜਿਹੜੇ ਬੰਦੇ ਕੋਈ ਇੱਕ ਮੈਂ ਤੇ ਗੁਰਦੁਆਰੇ ਦਾ ਪ੍ਰਧਾਨ ਹੈਗਾ ਅਮਰੀਕ ਸਿੰਘ ਗਿੱਲ, ਉਹ ਚੀਫ ਮਿਨਿਸਟਰ ਬਣ ਗਿਆ ਜੀ, ਹੁਣ ਚੀਫ ਮਿਨਿਸਟਰ ਬਣਾ ਤਾ ਉਹਨਾਂ ਨੇ, ਚੀਫ ਮਿਨਿਸਟਰ ਜੀ ਇੰਗਜ਼ਾਈਲ, ਦੇਖੋ ਹਾਂਜੀ। ਜਸਬੀਰ ਸਿੰਘ ਜੀ, ਜਸਬੀਰ ਸਿੰਘ ਜੀ ਮੈਂ ਚਾਹਾਂਗਾ ਕਿ ਆਪਣੀ ਗੱਲ ਨੂੰ ਛੇਤੀ ਖਤਮ ਕਰੋ, ਆਈ ਹੈਵ ਟੂ ਗੋ ਫੋਰ ਅ ਕਮਰਸ਼ੀਅਲ ਬ੍ਰੇਕ, ਉਸ ਤੋਂ ਪਹਿਲਾਂ ਮੈਂ ਚਾਹਣਾ ਤੁਸੀਂ ਜਿਹੜੇ ਕੁਝ ਹੋਰ ਗੱਲ ਕਹਿਣਾ ਚਾਹੁੰਦੇ ਜ਼ਰੂਰ ਖਤਮ ਕਰੋ। ਬਸ ਮੈਂ ਤਾਂ ਇਹੀ ਕਹਿੰਦਾ ਸੀਗਾ ਕਿ ਸਾਡਾ ਪਹਿਲਾਂ ਸਾਡੇ ਜਗਜੀਤ ਸਿੰਘ ਹੁੰਦੇ ਸੀਗੇ, ਜਗਜੀਤ ਸਿੰਘ ਨੂੰ ਟੁੰਡਾ ਕਹਿੰਦੇ ਸੀਗੇ, ਉਹ ਕਹਿੰਦਾ ਸੀ ਮੈਂ ਖਾਲਿਸਤਾਨ ਲੈਣਾ ਖਾਲਿਸਤਾਨ ਲੈਣਾ, ਉਹ ਕਿੱਥੇ ਗਿਆ? ਸਾਡਾ ਸਾਡਾ ਪੰਜਾਬ ਤੁਸੀਂ ਇਹਨਾਂ ਨੇ ਬਰਬਾਦ ਕਰ ਦਿੱਤਾ ਸਾਰਿਆਂ ਨੇ, ਬਸ ਗੱਲ ਮੈਂ ਤੁਹਾਨੂੰ ਇਹ ਨਹੀਂ ਕਹਿਣੀ ਚਾਹੁੰਦਾ, ਉਹ ਤੋਂ ਵੱਧ ਮੈਂ ਕੁਛ ਨਹੀਂ ਚਾਹੁੰਦਾ। ਜਿਹੜਾ ਤੁਸੀਂ ਇਹ ਦੇਖੋ ਹਿੰਦੂਆਂ ਨਾਲ ਵੀ ਹੋਇਆ, ਸਿੱਖਾਂ ਨਾਲ ਵੀ ਹੋਇਆ, ਹੋ ਸਕਦੀ ਹੈ, ਬਟ ਜਿਹੜੀ ਇਹ ਗੱਲ ਵਾਪਰੀ ਹੈ ਇਹ ਤਾਂ ਆਲ ਓਵਰ ਵਰਲਡ ਦੇ ਵਿੱਚ ਸਾਰਿਆਂ ਨੂੰ ਪਤਾ ਕਿ 1984 ਦੇ ਵਿੱਚ ਕੀ ਵਾਪਰਿਆ ਸੀਗਾ, ਦਿੱਲੀ ਦੇ ਵਿੱਚ ਕੀ ਵਾਪਰਿਆ ਸੀਗਾ, ਭਾਰਤ ਦੇ ਵਿੱਚ ਕੀ ਵਾਪਰਿਆ ਸੀਗਾ, ਪੰਜਾਬ ਦੇ ਵਿੱਚ। ਤਾਂ ਇਹ ਜਿਹੜੀ ਤੁਹਾਡੇ ਨਾਲ ਗੱਲ ਤੁਸੀਂ ਰੱਖੀ ਹੈ, ਇਸ ਗੱਲ ਦੇ ਉੱਤੇ ਮੈਂ ਚਾਹਾਂਗਾ ਜਿਹੜੇ ਦਰਸ਼ਕ ਨੇ ਜਿਹੜੇ ਦਰਸ਼ਕ ਮੈਨੂੰ ਸੁਣ ਪਾ ਰਹੇ ਨੇ, ਜਿਨ੍ਹਾਂ ਨੇ ਸੁਣਿਆ ਇਹਨਾਂ ਨੂੰ, ਉਹ ਇਸ ਗੱਲ ਦੇ ਉੱਤੇ ਜ਼ਰੂਰ ਆਪਣਾ ਜਵਾਬ ਦੇਣ ਇਸ ਬ੍ਰੇਕ ਤੋਂ ਉਸ ਪਾਰ।